23 ਅਪ੍ਰੈਲ 1932 ਵਾਲੇ ਦਿਨ ਬੱਬਰ ਰਤਨ ਸਿੰਘ ਰੱਕੜ ਗੋਰਿਆਂ ਦੀ ਕੈਦ ਦੇ ਵਿੱਚੋਂ ਚਲਦੀ ਗੱਡੀ ਰੋਕ ਕੇ ਗਾਰਡ ਇੰਚਾਰਜ ਗੋਰੇ ਸਰਜੰਟ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਇਸ ਸਮੇਂ ਦੌਰਾਨ ਗਦਰ ਲਹਿਰ, ਜਲਿਆਂਵਾਲੇ ਬਾਗ ਦਾ ਖੂਨੀ ਹੱਤਿਆਕਾਂਡ ਦਾ ਸਾਕਾ ਅਤੇ ਹੋਰ ਦਿਲ ਕੰਬਾਊ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਕਿ ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਇੱਥੇ ਹੀ ਨੌਕਰੀ ਦੌਰਾਨ ਆਪ ਨੂੰ ਗੋਰੀ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਦੇਖਣ ਦਾ ਮੌਕਾ ਮਿਲਿਆ, ਜਿਸ ਕਾਰਨ ਆਪ ਨੂੰ ਅੰਗਰੇਜ਼ੀ ਹਕੂਮਤ ਦੇ ਨਾਲ ਇਸ ਤਰ੍ਹਾਂ ਨਫ਼ਰਤ ਹੋ ਗਈ। ਅੱਜ ਦੀ ਦੂਜੀ ਇਤਿਹਾਸਿਕ ਘਟਨਾ 23 ਅਪ੍ਰੈਲ 1930 ਵਾਲੇ ਦਿਨ ਨਾਲ ਜੁੜੀ ਹੋਈ ਹੈ। 23 ਅਪ੍ਰੈਲ 1930 ਵਾਲੇ ਦਿਨ ਪੇਸ਼ਾਵਰ ਵਿੱਚ ਇੱਕ ਅੰਗਰੇਜ਼ੀ ਫੌਜੀ ਨੇ ਸਰਦਾਰ ਗੰਗਾ ਸਿੰਘ ਕਮੋਜ ਨਾਂ ਦੇ ਇੱਕ ਸਿੱਖ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੇਲੀ ਡੈਸਕ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਾਡਾ ਇਤਿਹਾਸ ਪ੍ਰੋਗਰਾਮ ਦੇ ਵਿੱਚ ਮੈਂ ਲਵਲਜੀਤ ਕੌਰ ਸਵਾਗਤ ਕਰਦੀ ਹਾਂ ਜੀ। ਸੋ ਅੱਜ 23 ਅਪ੍ਰੈਲ ਦੀਆਂ ਕੁਝ ਇਤਿਹਾਸਿਕ ਘਟਨਾਵਾਂ ਲੈ ਕੇ ਆਪ ਜੀ ਦੇ ਰੂਬਰੂ ਹੋਏ ਹਾਂ। ਸੋ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤਾਂ ਕਿ ਆਪ ਜੀ ਇਤਿਹਾਸਿਕ ਘਟਨਾਵਾਂ ਤੋਂ ਜਾਣੂ ਹੋ ਸਕੋ। ਸੋ ਸਭ ਤੋਂ ਪਹਿਲੇ ਹੀ ਇਤਿਹਾਸਿਕ ਘਟਨਾ ਹੈ ਜੀ, 23 ਅਪ੍ਰੈਲ 1932 ਵਾਲੇ ਦਿਨ ਬੱਬਰ ਰਤਨ ਸਿੰਘ ਰੱਕੜ ਗੋਰਿਆਂ ਦੀ ਕੈਦ ਦੇ ਵਿੱਚੋਂ ਚਲਦੀ ਗੱਡੀ ਰੋਕ ਕੇ ਗਾਰਡ ਇੰਚਾਰਜ ਗੋਰੇ ਸਰਜੰਟ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। 2 ਮਾਰਚ 1893 ਵਾਲੇ ਦਿਨ ਬੱਬਰ ਰਤਨ ਸਿੰਘ ਰੱਕੜ ਦਾ ਜਨਮ ਪਿੰਡ ਰੱਕੜਾਂ ਬੇਟ ਲਾਗੇ ਬਲਾਚੌਰ ਦੇ ਜ਼ਿਲ੍ਹਾ ਨਵਾਂ ਸ਼ਹਿਰ ਹੁਸ਼ਿਆਰਪੁਰ ਵਿਖੇ ਪਿਤਾ ਸਰਦਾਰ ਜਵਾਹਰ ਸਿੰਘ ਤੇ ਮਾਤਾ ਬੀਬੀ ਗੋਖੀ ਦੇ ਗ੍ਰਹਿ ਵਿਖੇ ਹੋਇਆ। ਪਿਤਾ ਸਰਦਾਰ ਜਵਾਹਰ ਸਿੰਘ ਜੋ ਕਿ ਰੱਕੜਾਂ ਬੇਟ ਦੇ ਨੰਬਰਦਾਰ ਸਨ, ਘਰ ਵਿੱਚ ਪੂਰਾ ਧਾਰਮਿਕ ਮਾਹੌਲ ਸੀ। ਸਰਦਾਰ ਜਵਾਹਰ ਸਿੰਘ ਅਤੇ ਬੀਬੀ ਗੋਖੀ ਧਾਰਮਿਕ ਵਿਚਾਰਾਂ ਦੇ ਨਾਲ ਲਬਰੇਜ਼ ਪੂਰੀ ਤਰ੍ਹਾਂ ਦੇ ਨਾਲ ਗੁਰੂ ਅਰਪਣਾ ਦੇ ਨਾਲ ਜੀਵਨ ਬਤੀਤ ਕਰ ਰਹੇ ਸਨ। ਇੰਜ ਸ਼ਹੀਦ ਭਾਈ ਰਤਨ ਸਿੰਘ ਰੱਕੜ ਬਚਪਨ ਤੋਂ ਹੀ ਸਿੱਖ ਧਰਮ ਦੀ ਵਿਲੱਖਣ ਸੰਤ ਸਿਪਾਹੀ ਦੀ ਬਿਰਤੀ ਤੋਂ ਜਾਣੂ ਹੋ ਗਏ ਅਤੇ ਕੌਮ ਅਤੇ ਦੇਸ਼ ਨੂੰ ਸਮਰਪਿਤ ਇਸ ਅਣਖੀਲੇ ਨੌਜਵਾਨ ਨੇ ਆਪਣਾ ਜੀਵਨ ਆਪਣੇ ਸਿੱਖੀ ਧਰਮ ਨੂੰ ਸਮਰਪਿਤ ਕਰ ਦਿੱਤਾ। ਬੱਬਰ ਭਾਈ ਰਤਨ ਸਿੰਘ ਰੱਕੜ ਨੇ ਸਰਕਾਰੀ ਹਾਈ ਸਕੂਲ ਰਾਹੋਂ ਲਾਹੌਰ ਤੋਂ ਚੰਗੇ ਨੰਬਰਾਂ ਦੇ ਨਾਲ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। 19 ਵਰਿਆਂ ਦੀ ਉਮਰ ਵਿੱਚ ਹਡਸਨ ਹਾਰਸਾ ਨਾਮ ਦੀ ਫਰਮ ਵਿੱਚ ਬਤੌਰ ਕਲਰਕ ਦੇ ਨੌਕਰੀ ਕੀਤੀ। ਇੱਥੇ ਹੀ ਨੌਕਰੀ ਦੌਰਾਨ ਆਪ ਨੂੰ ਗੋਰੀ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਦੇਖਣ ਦਾ ਮੌਕਾ ਮਿਲਿਆ, ਜਿਸ ਕਾਰਨ ਆਪ ਨੂੰ ਅੰਗਰੇਜ਼ੀ ਹਕੂਮਤ ਦੇ ਨਾਲ ਇਸ ਤਰ੍ਹਾਂ ਨਫ਼ਰਤ ਹੋ ਗਈ ਕਿ ਹੁਣ ਨੌਕਰੀ ਕਰਨ ਨੂੰ ਮਨ ਨਾ ਕਰੇ। ਉਪਰੰਤ ਜਦੋਂ ਆਪ ਭਾਰਤੀ ਆਰਮੀ ਵਿੱਚ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਏ ਤਾਂ ਮਹਿਸੂਸ ਕੀਤਾ ਜਿਵੇਂ ਚੰਦ ਰੁਪਿਆਂ ਦੀ ਚਾਹਤ ਪਿੱਛੇ ਅੰਗਰੇਜ਼ਾਂ ਦੇ ਅੱਗੇ ਜੀਵਨ ਆਪਣਾ ਸਾਰਾ ਜੀਵਨ ਵੇਚਣ ਵਾਲੀ ਗੱਲ ਹੈ। ਇਸ ਕਰਕੇ ਇੱਥੇ ਜੀਵਨ ਦਾ ਸਮਾਂ ਬਰਬਾਦ ਕਰਨ ਨਾਲੋਂ ਤਾਂ ਚੰਗਾ ਇਹ ਹੋਵੇਗਾ ਕਿ ਇਹ ਜ਼ਿੰਦਗੀ ਦੇਸ਼ ਤੇ ਕੌਮ ਦੇ ਲੇਖੇ ਲੱਗ ਜਾਵੇ। ਉਹਨਾਂ ਦਿਨਾਂ ਵਿੱਚ ਪੰਜਾਬ ਦੇ ਦੁਆਬੇ ਵਿੱਚ ਬੱਬਰ ਅਕਾਲੀ ਲਹਿਰ ਪੂਰੇ ਜੋਸ਼ ਉੱਪਰ ਸੀ, ਜਿਸ ਨੇ ਅੰਗਰੇਜ਼ੀ ਹਕੂਮਤ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਬੱਬਰ ਅਕਾਲੀ ਲਹਿਰ ਦੇ ਦੌਰ ਵਿੱਚ ਬੱਬਰਾਂ ਵੱਲੋਂ ਜਿਵੇਂ ਸ਼ਹਾਦਤਾਂ ਦੇ ਦੌਰ ਦੀ ਵੀ ਲਹਿਰ ਚਲਾ ਰੱਖੀ ਹੋਈ ਸੀ। ਇੰਜ ਲਹਿਰ ਦੇ ਵਿੱਚ ਬੱਬਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਅਨੇਕਾਂ ਸ਼ਹੀਦ ਦੇਸ਼ ਤੋਂ ਕੁਰਬਾਨ ਕਰਕੇ ਵਡਮੁੱਲਾ ਯੋਗਦਾਨ ਪਾਇਆ। ਇਸ ਲਹਿਰ ਦੇ ਸ਼ਹੀਦਾਂ ਦੀ ਫਹਿਰਿਸਤ ਵਿੱਚ ਇੱਕ ਸਿਰਮੌਰ ਸ਼ਹੀਦ ਹੋਏ ਹਨ, ਬੱਬਰ ਅਕਾਲੀ ਰਤਨ ਸਿੰਘ ਰੱਕੜ, ਜਿਨ੍ਹਾਂ ਨੇ 15 ਫਰਵਰੀ 1919 ਵਾਲੇ ਦਿਨ ਫੌਜ ਵਿੱਚੋਂ ਡਿਸਚਾਰਜ ਲਿਆ ਅਤੇ ਆਪਣੇ ਪਿੰਡ ਰੱਕੜਾ ਬੇਟ ਵਿਖੇ ਆ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਗਦਰ ਲਹਿਰ, ਜਲਿਆਂਵਾਲੇ ਬਾਗ ਦਾ ਖੂਨੀ ਹੱਤਿਆਕਾਂਡ ਦਾ ਸਾਕਾ ਅਤੇ ਹੋਰ ਦਿਲ ਕੰਬਾਊ ਕੁਝ ਐਸੀਆਂ ਘਟਨਾਵਾਂ ਵਾਪਰੀਆਂ
ਕਿ ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਆਪ ਇਹਨਾਂ ਘਟਨਾਵਾਂ ਤੋਂ ਹੋਰ ਦੁਖੀ ਹੋ ਗਏ ਅਤੇ ਬੱਬਰ ਅਕਾਲੀਆਂ ਨਾਲ ਮਿਲ ਕੇ ਪੂਰੀ ਸਰਗਰਮੀ ਵਿੱਚ ਹਿੱਸਾ ਲੈਂਦਿਆਂ ਹੋਇਆ ਆਜ਼ਾਦੀ ਲਈ ਮੁਹਿੰਮ ਨੂੰ ਪੂਰੀ ਤਨਦੇਹੀ ਦੇ ਨਾਲ ਸ਼ੁਰੂ ਕਰ ਦਿੱਤਾ ਅਤੇ ਅਨੇਕਾਂ ਦਿਲੇਰਾਨਾ ਕਾਰਨਾਮਿਆਂ ਨੂੰ ਅੰਜਾਮ ਦਿੱਤਾ। ਆਪ ਨੂੰ ਬੰਬ ਬਣਾਉਣ ਦੀ ਤਕਨੀਕ ਵਿੱਚ ਮਹਾਰਤ ਹਾਸਲ ਸੀ। ਆਪ ਨੇ ਬੰਬ ਬਣਾ ਕੇ ਇਨਕਲਾਬੀਆਂ ਤੱਕ ਪੁੱਜਦੇ ਕਰਨੇ ਸ਼ੁਰੂ ਕਰ ਦਿੱਤੇ। ਇਸ ਵਕਤ ਅੰਗਰੇਜ਼ ਹਕੂਮਤ ਦੇ ਝੋਲੀ ਚੁੱਕ ਵੀ ਸਰਗਰਮ ਸਨ। ਉਹਨਾਂ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ ਕਿ ਬੱਬਰ ਅਕਾਲੀ ਰਤਨ ਸਿੰਘ ਰੱਕੜ ਅੰਦੋਲਨਕਾਰੀਆਂ ਨੂੰ ਬੰਬ ਸਪਲਾਈ ਕਰਦਾ ਹੈ ਅਤੇ ਉਸਦੇ ਆਪਣੇ ਕੋਲ ਵੀ ਬਹੁਤ ਸਾਰਾ ਨਜਾਇਜ਼ ਅਸਲਾ ਹੈ। ਪੁਲਿਸ ਨੇ ਆਪਣੇ ਦੋ ਮੁਖਬਰਾਂ ਪਠਾਨ ਸਿਕੰਦਰ ਖਾਨ ਤੇ ਮਹਿਤਪੁਰ ਦੇ ਜੈਲਦਾਰ ਦੀ ਮੁਖਬਰੀ ਤੋਂ 23 ਜੂਨ 1922 ਵਾਲੇ ਦਿਨ ਬੱਬਰ ਰਤਨ ਸਿੰਘ ਹੁਣਾਂ ਦੇ ਪਿੰਡ ਰੱਕੜਾ ਬੇਟ ਵਿਖੇ ਉਹਨਾਂ ਦੇ ਘਰ ਛਾਪਾ ਮਾਰਿਆ, ਪਰ ਭਾਈ ਸਾਹਿਬ ਉਸ ਦਿਨ ਘਰ ਵਿੱਚ ਨਹੀਂ ਸਨ। ਆਪ ਆਪਣੇ ਇੱਕ ਇਨਕਲਾਬੀ ਮਿੱਤਰ ਬੱਬਰ ਅਕਾਲੀ ਭਾਈ ਕਰੋੜਾ ਸਿੰਘ ਜੀ ਨੂੰ ਮਿਲਣ ਉਹਨਾਂ ਦੇ ਘਰ ਗਏ ਹੋਏ ਸਨ। ਭਾਈ ਕਰੋੜਾ ਸਿੰਘ ਬਾਹਮਣੀ ਮਾਜਰਾ ਦੇ ਰੋਪੜ ਦੇ ਅੰਬਾਲਾ ਵਿਖੇ ਰਹਿੰਦੇ ਸਨ। ਪੁਲਿਸ ਨੇ ਉਸ ਦਿਨ ਭਾਈ ਸਾਹਿਬ ਦੇ ਘਰੋਂ ਭਾਰੀ ਮਾਤਰਾ ਵਿੱਚ ਅਸਲਾ ਤੇ ਗੋਲਾ ਬਰੂਦ ਬਰਾਮਦ ਕਰਕੇ ਕੇਸ ਦਰਜ ਕਰ ਲਿਆ। ਬਾਅਦ ਵਿੱਚ ਪਿੰਡ ਬਾਹਮਣੀ ਮਾਜਰਾ ਵਿਖੇ ਪੁਲਿਸ ਨੇ ਬੱਬਰ ਅਕਾਲੀ ਭਾਈ ਕਰੋੜਾ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਅਸਲੇ ਸਮੇਤ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਭਾਈ ਰਤਨ ਸਿੰਘ ਤੇ ਭਾਈ ਕਰੋੜਾ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਇਹਨਾਂ ਦੋਨਾਂ ਨੂੰ ਆਰਮਸ ਐਕਟ ਅਧੀਨ ADM ਹੁਸ਼ਿਆਰਪੁਰ ਲੇਖ ਰਾਜ ਤ੍ਰਿਖਾਣ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 1922 ਈਸਵੀ ਵਿੱਚ ਆਪ ਨੂੰ 5 ਸਾਲਾਂ ਦੀ ਕੈਦ ਬਾਮੁਸ਼ੱਕਤ ਸਜ਼ਾ ਸੁਣਾਈ ਗਈ, ਜੋ ਆਪਨੇ ਮੁਲਤਾਨ, ਜਲੰਧਰ, ਅੰਬਾਲਾ ਅਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਕੱਟੀ। 1927 ਈਸਵੀ ਵਿੱਚ ਰਿਹਾਈ ਤੋਂ ਬਾਅਦ ਆਪ ਨੇ ਆਪਣੀਆਂ ਅੰਦੋਲਨਕਾਰੀ ਸਰਗਰਮੀਆਂ ਪੁਰਾਣੀ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀਆਂ ਤੇ ਇੰਝ ਆਪਣੇ ਬੱਬਰ ਅਕਾਲੀ ਲਹਿਰ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ। 1930 ਈਸਵੀ ਵਿੱਚ ਆਪ ਨੇ ਆਪਣੇ ਪ੍ਰੋਗਰਾਮ ਬਾਰੇ ਬਕਾਇਦਾ ਇਸ਼ਤਿਹਾਰ ਜਾਰੀ ਕਰਕੇ ਸਰਕਾਰ ਨੂੰ ਸੰਭਲ ਜਾਣ ਦੀ ਚੇਤਾਵਨੀ ਵੀ ਦਿੱਤੀ ਅਤੇ ਉਲੀਕੇ ਪ੍ਰੋਗਰਾਮ ਦੇ ਅਨੁਸਾਰ ਫਿਰ ਇੱਕੋ ਹੀ ਦਿਨ ਕਈ ਥਾਣਿਆਂ ਵਿੱਚ ਬੰਬ ਧਮਾਕੇ ਕੀਤੇ ਗਏ, ਜਿਸ ਵਿੱਚ ਬਲਾਚੌਰ, ਰਾਹੋ, ਗੜਸ਼ੰਕਰ ਅਤੇ ਮਾਹਲਪੁਰ ਦੇ ਪੁਲਿਸ ਸਟੇਸ਼ਨ ਸ਼ਾਮਲ ਸਨ। ਇਹ ਬੰਬ ਧਮਾਕੇ ਕੀਤੇ ਜ਼ਰੂਰ ਗਏ, ਪਰ ਇਸ ਵਿੱਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਕਿ ਕੋਈ ਬੇਗੁਨਾਹਾ ਨਾ ਮਾਰਿਆ ਜਾਵੇ। ਇਸ ਕਰਕੇ ਇਹ ਬੰਬ ਮਾਰੂ ਨਹੀਂ ਸਨ। ਪੁਲਿਸ ਵੱਲੋਂ ਨਜਾਇਜ਼ ਅਸਲਾ ਰੱਖਣ, ਪੁਲਿਸ ਨੂੰ ਧਮਕੀ ਦੇਣ ਅਤੇ ਬੰਬ ਮਾਰ ਕੇ ਦਹਿਸ਼ਤ ਪੈਦਾ ਕਰਨ ਦੇ ਦੋਸ਼ਾਂ ਤਹਿਤ ਆਪ ਉੱਪਰ 3 ਕੇਸ ਦਰਜ ਕੀਤੇ ਗਏ। ਹੁਣ ਪੁਲਿਸ ਫਿਰ ਆਪ ਜੀ ਦੇ ਮਗਰ ਹੱਥ ਧੋ ਕੇ ਪੈ ਗਈ ਸੀ ਅਤੇ ਆਪ ਪੁਲਿਸ ਦੀ ਪਕੜ ਤੋਂ ਬਹੁਤ ਦੂਰ ਰੁਪੋਸ਼ ਹੋ ਗਏ ਸਨ। ਜਦੋਂ ਗੋਰੀ ਸਰਕਾਰ ਆਪ ਨੂੰ ਗ੍ਰਿਫਤਾਰ ਨਾ ਕਰ ਸਕੀ ਤਾਂ ਸਰਕਾਰ ਨੇ ਭਾਈ ਸਾਹਿਬ ਦੀ ਜਾਇਦਾਦ ਕੁਰਕ ਕਰਨ ਦੇ ਸਰਕਾਰੀ ਆਦੇਸ਼ ਜਾਰੀ ਕਰ ਦਿੱਤੇ। ਰੁਪੋਸ਼ ਸਮੇਂ ਦੇ ਦੌਰਾਨ ਵੀ ਆਪ ਜੀ ਨੇ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਆਪਣੀ ਲੁਕਣਗਾਹਾਂ ਤੇ ਵੀ ਬੰਬ ਅਤੇ ਹੋਰ ਅਸਲਾ ਬਣਾਉਣਾ ਜਿਹੜਾ ਉਹ ਜਾਰੀ ਰੱਖਿਆ। ਪੁਲਿਸ ਸੁੰਘਦੀ ਸੁਗਾਉਂਦੀ ਹੋਈ ਇੱਥੇ ਵੀ ਆਣ ਪੁੱਜੀ ਤੇ ਆਪ ਨੂੰ ਗ੍ਰਿਫਤਾਰ ਕਰਕੇ ਸੈਸ਼ਨ ਜੱਜ ਰੰਗੀ ਲਾਲ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਆਪ ਉੱਪਰ ਕਈ ਮੁਕੱਦਮੇ ਚਲਾਏ ਗਏ ਅਤੇ ਸੈਸ਼ਨ ਜੱਜ ਰੰਗੀ ਲਾਲ ਨੇ ਆਪ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸਾਲ 1931 ਵਿੱਚ ਆਪ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਕੇ ਅੰਡੇ ਮਾਨ ਭੇਜਣ ਦਾ ਹੁਕਮ ਦਿੱਤਾ। 23 ਅਪ੍ਰੈਲ 1932 ਦੀ ਘਟਨਾ ਦਾ ਜ਼ਿਕਰ ਹੈ, ਜਦੋਂ ਆਪ ਗੋਰਿਆਂ ਦੀ ਕੈਦ ਦੇ ਵਿੱਚੋਂ ਚਲਦੀ ਗੱਡੀ ਰੋਕ ਕੇ ਗਾਰਦ ਇੰਚਾਰਜ ਗੋਰੇ ਸਾਰਜੰਟ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਗੋਰੇ ਸਰਜੰਟ ਦੀ ਮੌਤ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਸ਼ਹੀਦ ਭਾਈ ਰਤਨ ਸਿੰਘ ਰੱਕੜ ਨੂੰ ਗ੍ਰਿਫਤਾਰ ਕਰਨ ਦੇ ਲਈ ਦਿਨ ਰਾਤ ਇੱਕ ਕਰਕੇ ਪੂਰੀ ਵਾਹ ਲਾ ਦਿੱਤੀ। ਅਸਲ ਚ 20 ਅਪ੍ਰੈਲ 1932 ਵਾਲੇ ਦਿਨ ਲਾਹੌਰ ਆਪ ਨੂੰ ਟ੍ਰੇਨ ਰਾਹੀਂ ਭੇਜਣ ਦੇ ਲਈ ਗੋਰੀ ਸਰਕਾਰ ਨੇ ਪੂਰੀ ਗਾਰਦ ਦੇ ਨਾਲ ਸੁਰੱਖਿਅਤ ਪ੍ਰਬੰਧ ਕੀਤੇ ਹੋਏ ਸਨ। ਉਸ ਵਕਤ ਆਪ ਦੇ ਪੈਰਾਂ ਵਿੱਚ ਬੇੜੀਆਂ ਤੇ ਹੱਥ ਘੜੀਆਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਆਪ ਠੀਕ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੇ ਸਨ।
ਕਲਕੱਤੇ ਪੁੱਜਣ ਤੇ ਆਪ ਤੱਕ ਦੰਦਾਂ ਦੀ ਸਫਾਈ ਵਾਲੇ ਦਾਤਣਾਂ ਦੇ ਬੰਡਲ ਪਹੁੰਚਾਏ ਗਏ, ਜਿਸ ਵਿੱਚ ਲੋਹਾ ਕੱਟਣ ਵਾਲੀ ਛੋਟੀ ਆਰੀ ਆਪ ਤੱਕ ਪਹੁੰਚਾਈ ਗਈ। ਇਹ ਗੱਡੀ ਕਲਕੱਤੇ ਤੋਂ ਲਾਹੌਰ ਵੱਲ ਨੂੰ ਆਪਣੀ ਰਫਤਾਰ ਦੇ ਵਿੱਚ ਚੱਲ ਰਹੀ ਸੀ। ਰਸਤੇ ਵਿੱਚ ਗੱਡੀ ਦਿੱਲੀ ਜਾਖਲ ਬਠਿੰਡਾ ਰੇਲਵੇ ਲਾਈਨ ਤੇ ਨਰਵਾਣਾ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਅੱਧੀ ਰਾਤ ਦਾ ਸਮਾਂ ਸੀ। ਆਪ ਨੇ ਉਸ ਛੋਟੀ ਆਰੀ ਦੇ ਨਾਲ ਬੇੜੀਆਂ ਕੱਟ ਦਿੱਤੀਆਂ ਤੇ ਚਲਦੀ ਗੱਡੀ ਰੋਕ ਕੇ ਫਰਾਰ ਹੋ ਗਏ। ਇਸ ਵਕਤ ਆਪ ਨੇ ਗੋਰਿਆਂ ਦੀ ਕੈਦ ਦੇ ਵਿੱਚੋਂ ਨਿਕਲਦੇ ਹੋਏ ਗਾਰਡ ਇੰਚਾਰਜ ਗੋਰੇ ਸਾਰਜੰਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੋਰੇ ਸਾਰਜੰਟ ਦੀ ਮੌਤ ਤੋਂ ਬਾਅਦ ਅੰਗਰੇਜ਼ ਹਕੂਮਤ ਸ਼ਹੀਦ ਭਾਈ ਰਤਨ ਸਿੰਘ ਰੱਕੜ ਨੂੰ ਗ੍ਰਿਫਤਾਰ ਕਰਨ ਦੇ ਲਈ ਹੱਥ ਧੋ ਕੇ ਉਹਨਾਂ ਦੇ ਮਗਰ ਪੈ ਜਾਂਦੀ ਹੈ ਅਤੇ ਪੁਲਿਸ ਨੇ ਦਿਨ ਰਾਤ ਇੱਕ ਕਰਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਲਈ ਪੂਰੀ ਵਾਹ ਲਗਾ ਦਿੱਤੀ। ਦਿਨ ਰਾਤ ਇੱਕ ਕਰਕੇ ਵੀ ਜਦੋਂ ਗੋਰੀ ਸਰਕਾਰ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੀ ਤਾਂ ਅੰਗਰੇਜ਼ੀ ਹਕੂਮਤ ਨੇ ਇਨਾਮ ਵਜੋਂ ਭਾਈ ਰੱਕੜ ਸਾਹਿਬ ਬਾਰੇ ਸੂਚਨਾ ਦੇਣ ਵਾਲੇ ਨੂੰ 10,000 ਰੁਪਏ ਨਗਦ ਤੇ 10 ਮਰੱਬੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਜਦੋਂ ਆਪ ਦੇ ਸਿਰ ਦੇ ਮੁੱਲ ਦਾ ਐਲਾਨ ਹੋਇਆ ਤਾਂ ਉਸ ਵਕਤ ਆਪ ਰੁੜਕੀ ਖਾਸ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੱਬਰ ਗੋਂਦਾ ਸਿੰਘ ਦੇ ਘਰ ਵਿਖੇ ਰਹਿ ਰਹੇ ਸਨ। ਇੱਥੇ ਨਾਮ ਦੇ ਲਾਲਚ ਵਿੱਚ ਆਪ ਦੇ ਦੂਰ ਦੇ ਇੱਕ ਰਿਸ਼ਤੇਦਾਰ ਦੇ ਮਿੱਤਰ ਨੂੰ ਜਦੋਂ ਆਪ ਦੀ ਠਹਿਰ ਦਾ ਪਤਾ ਲੱਗਾ ਤਾਂ ਉਸ ਨੇ ਗ੍ਰਿਫਤਾਰੀ ਕਰ ਦਿੱਤੀ। ਪੁਲਿਸ ਨੇ ਪਿੰਡ ਰੁੜਕੀ ਖਾਸ ਵਿਖੇ ਬੱਬਰ ਗੋਂਦਾ ਸਿੰਘ ਦੇ ਘਰ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ, ਪਰ ਫਿਰ ਵੀ ਜਦੋਂ ਸਫਲਤਾ ਹੱਥ ਨਾ ਲੱਗੀ ਆਸ-ਪਾਸ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਪਰ ਸਿੱਖ ਕੌਮ ਦੇ ਇਸ ਅਣਖੀਲੇ ਯੋਧੇ ਬੱਬਰ ਰਤਨ ਸਿੰਘ ਰੱਕੜ ਨੇ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਬਜਾਏ ਮੌਤ ਨੂੰ ਗਲ ਲਗਾਉਣ ਨੂੰ ਤਰਜੀਹ ਦਿੱਤੀ ਅਤੇ ਗੋਰੀ ਹਕੂਮਤ ਦੀ ਪੁਲਿਸ ਦੇ ਨਾਲ ਮੁਕਾਬਲਾ ਕਰਦਿਆਂ 15 ਜੁਲਾਈ 1932 ਵਾਲੇ ਦਿਨ ਜੂਝ ਕੇ ਸ਼ਹਾਦਤ ਦਾ ਜਾਮ ਪੀ ਲਿਆ। ਸੋ ਅੱਜ ਦੀ ਦੂਜੀ ਇਤਿਹਾਸਕ ਘਟਨਾ 23 ਅਪ੍ਰੈਲ 1930 ਵਾਲੇ ਦਿਨ ਨਾਲ ਜੁੜੀ ਹੋਈ ਹੈ। 23 ਅਪ੍ਰੈਲ 1930 ਵਾਲੇ ਦਿਨ ਪੇਸ਼ਾਵਰ ਵਿੱਚ ਇੱਕ ਅੰਗਰੇਜ਼ੀ ਫੌਜੀ ਨੇ ਸਰਦਾਰ ਗੰਗਾ ਸਿੰਘ ਕਮੋਜ਼ ਨਾਂ ਦੇ ਇੱਕ ਸਿੱਖ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਲ 1930 ਦੇ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੰਗਰੇਜ਼ ਹਕੂਮਤ ਦੇ ਖਿਲਾਫ ਸਿਵਲ ਨਾਫਰਮਾਨੀ ਦੀ ਲਹਿਰ ਚਲਾਈ ਗਈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਇਸ ਸਿਵਲ ਨਾਫਰਮਾਨੀ ਦੀ ਲਹਿਰ ਦੇ ਇੱਕ ਪ੍ਰੋਗਰਾਮ ਦੇ ਤਹਿਤ ਅੱਜ ਦੇ ਦਿਨ ਭਾਵ 23 ਅਪ੍ਰੈਲ 1930 ਵਾਲੇ ਦਿਨ ਅੰਗਰੇਜ਼ੀ ਵਸਤੂਆਂ ਦਾ ਬਾਈਕਾਟ ਦਾ ਸੱਦਾ ਦਿੱਤਾ ਗਿਆ। 23 ਅਪ੍ਰੈਲ 1930 ਵਾਲੇ ਦਿਨ ਬਰਤਾਨਵੀ ਹਕੂਮਤ ਦੇ ਵਿਰੋਧ ਵਿੱਚ ਇੱਕ ਤਕਰੀਰ ਦੇਣ ਦੇ ਕਾਰਨ ਖੁਦਾਈ ਖਿਦਮਤਗਾਰ ਜਥੇਬੰਦੀ ਦੇ ਆਗੂ ਸਰਹੱਦੀ ਗਾਂਧੀ ਖਾਨ ਅਬਦੁਲ ਗਫਾਰ ਖਾਨ ਅਤੇ ਸੈਯਦ ਲਾਲ ਬਾਦਸ਼ਾਹ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਰਤਾਨਵੀ ਹਕੂਮਤ ਦੀ ਗੁਲਾਮੀ ਦਾ ਵਿਰੋਧ ਕਰਨ ਦੇ ਲਈ ਖੁਦਾਈ ਖਿਦਮਤਗਾਰ ਨਾਂ ਦੀ ਜਥੇਬੰਦੀ ਬਣਾਈ ਗਈ। ਇਸ ਜਥੇਬੰਦੀ ਨੂੰ ਸੂਰਖ ਪੋਸ਼ ਵੀ ਕਿਹਾ ਜਾਂਦਾ ਸੀ। ਸਰਹੱਦੀ ਗਾਂਧੀ ਖਾਨ ਅਬਦੁਲ ਗਫਾਰ ਇਸ ਜਥੇਬੰਦੀ ਦੇ ਆਗੂ ਸਨ। ਸਰਹੱਦੀ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਪੇਸ਼ਾਵਰ ਦੀ ਆਵਾਮ ਰੋਹ ਵਜੋਂ ਭੜਕ ਉੱਠੀ ਸੀ। ਬਰਤਾਨਵੀ ਹਾਕਮਾਂ ਦੀ ਇਸ ਕਰਤੂਤ ਦੇ ਵਿਰੋਧ ਵਜੋਂ ਲੋਕ ਸੜਕਾਂ ਤੇ ਉਤਰ ਆਏ ਸਨ ਅਤੇ ਪੇਸ਼ਾਵਰ ਦੀਆਂ ਗਲੀਆਂ ਵਿੱਚ ਜਗ੍ਹਾ ਜਗ੍ਹਾ ਰੋਸ ਮਾਰਚ ਸ਼ੁਰੂ ਹੋ ਗਏ ਸਨ। ਜਦੋਂ ਇਹ ਰੋਸ ਮਾਰਚ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿੱਚ ਪੁੱਜਿਆ ਤਾਂ ਅੱਗੋਂ ਬਰਤਾਨਵੀ ਹਕੂਮਤ ਦੇ ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ, ਪਰ ਲੋਕ ਅੱਗੇ ਵੱਧਦੇ ਰਹੇ ਤੇ ਬਰਤਾਨਵੀ ਅਫਸਰਾਂ ਦੇ ਹੁਕਮਾਂ ਮੁਤਾਬਕ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦੇ ਮੂੰਹ ਖੋਲ ਦਿੱਤੇ। ਇਹ ਸਾਕਾ ਵੀ ਜਲ੍ਹਿਆਂਵਾਲਾ ਬਾਗ ਵਰਗਾ ਹੀ ਸੀ। ਇਸ ਕਤਲਿਆਂ ਵਿੱਚ 400 ਤੋਂ ਵੱਧ ਲੋਕ ਸ਼ਹੀਦ ਕਰ ਦਿੱਤੇ ਗਏ ਸਨ। ਦੂਜੇ ਪਾਸੇ ਪੁਲਿਸ ਜਦੋਂ ਅਬਦੁਲ ਗਫੂਰ ਖਾਨ ਅਤੇ ਸੈਯਦ ਲਾਲ ਬਾਦਸ਼ਾਹ ਨੂੰ ਲੈ ਕੇ ਜਾ ਰਹੀ ਸੀ ਤਾਂ ਪੁਲਿਸ ਦੀ ਗੱਡੀ ਖਰਾਬ ਹੋ ਗਈ, ਜਿਸ ਕਾਰਨ ਉਹਨਾਂ ਨੂੰ ਪੈਦਲ ਲਿਜਾਏ ਜਾਣ ਦੇ ਲਈ ਪੁਲਿਸ ਵੈਨ ਵਿੱਚੋਂ ਉਤਰ ਕੇ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ।
ਤਾਂ ਆਵਾਮ ਭੀੜ ਦੇ ਰੂਪ ਵਿੱਚ ਇਕੱਠੀ ਹੋ ਗਈ ਅਤੇ ਉਹਨਾਂ ਦੇ ਪਿੱਛੇ ਤੁਰਨਾ ਸ਼ੁਰੂ ਕਰ ਦਿੱਤਾ। ਇੱਥੇ ਇੱਕ ਮੋਟਰਸਾਈਕਲ ਸਵਾਰ ਗੋਰੇ ਪੁਲਿਸ ਅਫਸਰ ਨੂੰ ਭੀੜ ਨੇ ਘੇਰ ਲਿਆ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਗੁੱਸੇ ਵਿੱਚ ਆਈ ਪੁਲਿਸ ਨੇ ਕਈ ਬੰਦੇ ਪੁਲਿਸ ਵੈਗਨ ਹੇਠ ਦਰੜ ਦਿੱਤੇ ਤਾਂ ਗੁੱਸੇ ਵਿੱਚ ਆਈ ਭੀੜ ਨੇ ਵੀ ਪੁਲਿਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਅੰਗਰੇਜ਼ ਹਾਕਮਾਂ ਨੇ ਗੁੱਸੇ ਵਿੱਚ ਆ ਕੇ ਜਦੋਂ ਫਾਇਰਿੰਗ ਦਾ ਹੁਕਮ ਦੇ ਦਿੱਤਾ ਤਾਂ ਇੱਥੋਂ ਹੀ ਸਰਦਾਰ ਗੰਗਾ ਸਿੰਘ ਕੰਬੋਜ ਦੀ ਪਤਨੀ ਆਪਣੇ 16 ਸਾਲ ਅਤੇ 9 ਸਾਲ ਦੇ ਦੋ ਬੇਟਿਆਂ ਦੇ ਨਾਲ ਟਾਂਗੇ ਵਿੱਚ ਸਵਾਰ ਹੋ ਕੇ ਉਸੇ ਹੀ ਰਸਤੇ ਲੰਘ ਰਹੇ ਸਨ ਕਿ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਨੇ ਬਿਨਾਂ ਵਜ੍ਹਾ ਉਹਨਾਂ ਨੂੰ ਟਾਂਗੇ ਵਿੱਚ ਬੈਠਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੋ ਦਰਸ਼ਕੋ, ਤੀਸਰੀ ਘਟਨਾ 23 ਅਪ੍ਰੈਲ 1966 ਦੀ ਹੈ। 23 ਅਪ੍ਰੈਲ 1966 ਈਸਵੀ ਵਾਲੇ ਦਿਨ ਕੇਂਦਰੀ ਕੈਬਨਿਟ ਕਮੇਟੀ ਨੇ ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਮੁੜ ਤੋਂ ਵੰਡਣ ਦੀ ਸਿਫਾਰਿਸ਼ ਨੂੰ ਪ੍ਰਵਾਨਗੀ ਦੇ ਦਿੱਤੀ ਸੀ। 22 ਸਤੰਬਰ 1965 ਵਾਲੇ ਦਿਨ ਪੰਜਾਬੀ ਸੂਬੇ ਬਾਰੇ ਵਿਚਾਰ ਕਰਨ ਦੇ ਲਈ ਹਿੰਦ ਸਰਕਾਰ ਵੱਲੋਂ ਇੱਕ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਲੋਕ ਸਭਾ ਦੇ ਤਤਕਾਲੀ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਇਸ ਬਾਬਤ ਲੋਕ ਸਭਾ ਅਤੇ ਰਾਜ ਸਭਾ ਭਾਵ ਦੋਹਾਂ ਸਦਨਾਂ ਦੀ ਇੱਕ ਸਾਂਝੀ ਕੰਸਲਟੇਟਿਵ ਕਮੇਟੀ ਬਣਾ ਕੇ ਪੰਜਾਬੀ ਸੂਬੇ ਦੇ ਹੱਲ ਲਈ ਆਪਣੀ ਰਿਪੋਰਟ ਤਿਆਰ ਕਰਨ ਦੇ ਵਾਸਤੇ ਕਿਹਾ ਗਿਆ ਸੀ। 18 ਜਨਵਰੀ 1966 ਵਾਲੇ ਦਿਨ ਇਸ ਕੇਂਦਰੀ ਕੈਬਨਿਟ ਕਮੇਟੀ ਨੇ ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਮੁੜ ਤੋਂ ਵੰਡਣ ਦੀ ਸਿਫਾਰਿਸ਼ ਕਰ ਦਿੱਤੀ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਨੇ 23 ਅਪ੍ਰੈਲ 1966 ਈਸਵੀ ਨੂੰ ਇਸ ਸਿਫਾਰਿਸ਼ ਨੂੰ ਪ੍ਰਵਾਨਗੀ ਦੇ ਦਿੱਤੀ। 1 ਨਵੰਬਰ 1966 ਵਾਲੇ ਦਿਨ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ 3 ਟੁਕੜੇ ਕਰਕੇ ਪੰਜਾਬੀ ਸੂਬੇ ਦੀ ਸਥਾਪਨਾ ਤਾਂ ਭਾਵੇਂ ਕਰ ਦਿੱਤੀ ਗਈ, ਪਰ ਸੰਤ ਫਤਿਹ ਸਿੰਘ ਨੇ ਇਸ ਗੱਲ ਦਾ ਰੋਸ ਕੀਤਾ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਿਉਂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬੀ ਬੋਲਦੇ ਇਲਾਕੇ ਵੀ ਨਵੇਂ ਸੂਬੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ, ਸਗੋਂ ਪੰਜਾਬ ਦੇ 3 ਟੁਕੜੇ ਕਰ ਦਿੱਤੇ ਗਏ। ਇੰਜ 17 ਦਸੰਬਰ 1966 ਵਾਲੇ ਦਿਨ ਇੰਜ ਚੰਡੀਗੜ੍ਹ ਆਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕੀਤੇ ਜਾਣ ਦੀ ਮੰਗ ਤੋਂ ਇਲਾਵਾ ਕੁਝ ਹੋਰ ਮੰਗਾਂ ਮਨਵਾਉਣ ਦੇ ਲਈ ਮੁੜ ਤੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਅਤੇ ਜੋ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਦਸੰਬਰ 1966 ਵਾਲੇ ਦਿਨ ਸੜਕੇ ਆਤਮਦਾਹ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਲੋਕ ਸਭਾ ਦੇ ਤਤਕਾਲੀ ਸਪੀਕਰ ਸਰਦਾਰ ਹੁਕਮ ਸਿੰਘ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੇ ਸੰਤ ਫਤਿਹ ਸਿੰਘ ਨੂੰ ਵਿਸ਼ਵਾਸ ਦਿਵਾਉਣ ਤੇ ਕਿ ਸਿੱਖਾਂ ਦੀਆਂ ਮੰਗਾਂ ਮੰਨਣ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਭਰੋਸਾ ਦਿੱਤਾ ਗਿਆ ਹੈ। ਇਸ ਭਰੋਸੇ ਤੇ ਭਰੋਸਾ ਕਰਦਿਆਂ ਹੋਇਆ ਸੰਤ ਫਤਿਹ ਸਿੰਘ ਨੇ 27 ਦਸੰਬਰ 1966 ਵਾਲੇ ਦਿਨ ਮਰਨ ਵਰਤ ਖਤਮ ਕਰ ਦਿੱਤਾ। ਇਸ ਵਰਤ ਦੇ ਛੱਡਣ ਦੇ ਕਾਰਨ ਸੰਤ ਫਤਿਹ ਸਿੰਘ ਤੇ ਸਿੱਖਾਂ ਦਾ ਜੋ ਭਰੋਸਾ ਸੀ ਉਹ ਖਤਮ ਹੋ ਗਿਆ। ਸੋ ਇਹ ਸੀ ਅੱਜ ਦੇ ਦਿਨ ਦੀਆਂ ਕੁਝ ਇਤਿਹਾਸਿਕ ਘਟਨਾਵਾਂ। ਇਸੇ ਤਰ੍ਹਾਂ ਦੀਆਂ ਹੀ ਹੋਰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।